ಒಲಿಗಿತ್ತೆ ಬಿಚ್ಚ ನಚ್ಚ ಪಕ್ಕಲೋಣಿ ತೇರ ಲಕ್ಕಣ ಮರೋಡ ಖಾಜಾಮೇ ಹಚ್ಚ ದಾಸ ಮಾಡ ಬಿಲ್ಲು ರಕ್ಕ ಸಾಂಬಕೇ ಸೋಣಿ ಎತ್ತಡಕ್ಕೆ ನಾ ಜಾಮೇ ಹೋಲಿ ಹೋಲಿ ಗಿದ್ದೆ ಬಿಚ್ಚ ನಚ್ಚ ಪಕ್ಕಲೋಣಿ ತೇರ ಲಕ್ಕಣ ಮರೋಡ ಖಾಜಾಮೇ ಮಾಸ್ಟರ್ ತಾರ ಸಿಂಗ್ ಕಾಲೇಜ್ ਦੇ ਵਿੱਚ ਜਿੱਥੇ ਕਿ ਤੀਜ ਦਾ ਤਿਉਹਾਰ ਮਨਾਇਆ ਜਾ ਰਿਹਾ ਸਾਡੇ ਨਾਲ ਇੱਕ ਕੁਝ ਉੱਥੇ ਦੇ ਸਟੂਡੈਂਟਸ ਆ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਸਤਿ ਸ਼੍ਰੀ ਅਕਾਲ ਮੈਮ ਥੈਂਕਸ ਬਟ ਸਤਿ ਸ਼੍ਰੀ ਅਕਾਲ ਜੀ ਤੀ ਸਾਰੇ ਬੱਚੇ ਇਕੱਠੇ ਹੋ ਕੇ ਸੈਲੀਬ੍ਰੇਸ਼ਨ ਕਰ ਰਹੇ ਨੇ ਗਰਲਸ ਐਕਚੁਅਲੀ ਇਹ ਸਾਰਾ ਗਰਲਸ ਲੇਡੀਜ਼ ਦਾ ਹੀ ਹੁੰਦਾ ਹੈ ਤੇ ਸਾਰੇ ਇਕੱਠੇ ਹੋ ਕੇ ਹੀ ਮਨਾ ਰਹੇ ਨੇ ਸੈਲੀਬ੍ਰੇਸ਼ਨ ਕਰ ਰਹੇ ਨੇ ਸਾਰੇ ਇੱਥੇ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਤੀਆਂ ਪੰਜਾਬੀ ਕਲਚਰ ਦਾ ਤਿਉਹਾਰ ਹੈ ਇਹ ਬਹੁਤ ਹੀ ਪੁਰਾਣਾ ਇਸ ਦਾ ਟਾਈਮ ਸਿਲੈਕਟ ਕਰਨਾ ਬਹੁਤ ਮੁਸ਼ਕਲ ਹੈ ਕਿਉਂਕਿ ਬਹੁਤ ਪੁਰਾਣੇ ਟਾਈਮ ਤੋਂ ਮਨਾਇਆ ਜਾ ਰਿਹਾ ਹੈ ਇਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਕਿ ਇਹ ਕਿਸ ਵੇਲੇ ਤੋਂ ਇਹ ਖੁਸ਼ੀ ਦਾ ਤਿਉਹਾਰ ਹੈ ਜਿਸ ਵੇਲੇ ਖੁਸ਼ੀ ਉਸ ਵੇਲੇ ਅਸੀਂ ਤੀਆਂ ਦਾ ਸਾਰਾ ਸਾਵਨ 'ਚ ਮਨਾਉਂਦੇ ਹਾਂ ਜੀ ਮੈਮ ਦਾ ਕਹਿਣਾ ਕਿ ਇਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਅੱਗੇ ਚੱਲਦੇ ਹਾਂ ਜੀ ਪੁੱਛਦੇ ਹਾਂ ਜੀ 15 ਅਗਸਤ ਆਉਣ ਵਾਲੀ ਹੈ 15 ਅਗਸਤ ਕਿਉਂ ਮਨਾਈ ਜਾਂਦੀ 15 ਅਗਸਤ ਨੂੰ 1947 ਵਿੱਚ ਭਾਰਤ ਦੇਸ਼ ਨੂੰ ਆਜ਼ਾਦੀ ਮਿਲੀ ਸੀ ਇਸ ਲਈ 15 ਅਗਸਤ ਮਨਾਈ ਜਾਂਦੀ ਹੈ 15 ਅਗਸਤ ਦੇ ਉੱਤੇ ਅਗਰ ਨੌਜਵਾਨ ਜਿਹੜੇ ਆਪਣੇ ਜਵਾਨ ਜਿਹੜੇ ਦੇਸ਼ ਦੀ ਰੱਖਿਆ ਕਰਦੇ ਉਹਨਾਂ ਨੂੰ ਕੋਈ ਮੈਸੇਜ ਦੇਣਾ ਹੋਵੇ ਤਾਂ ਕੀ ਦੋਗੇ ਮੇਰਾ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਪਹਿਲਾਂ ਸਭ ਨੂੰ ਮੇਰਾ ਉਹਨਾਂ ਨੂੰ ਇਹੀ ਮੈਸੇਜ ਹੈ ਕਿ ਉਹ ਜਿੱਦਾਂ ਸਾਡੇ ਵਾਸਤੇ ਦੇਸ਼ ਲਈ ਆਪਣੀ ਜਾਨ ਵਾਰ ਰਹੇ ਨੇ ਸਾਨੂੰ ਉਹਨਾਂ ਦੇ ਬਹੁਤ ਮਾਣ ਹੈ ਕਿ ਸਾਡੀ ਰੱਖਿਆ ਕਰ ਰਹੇ ਨੇ ਸਾਨੂੰ ਆਪਣੇ ਸਾਡੇ ਦੁਸ਼ਮਣਾਂ ਤੋਂ ਸਾਨੂੰ ਬਚਾ ਰਹੇ ਨੇ ਮੈਮ ਅਗਰ ਗੱਲ ਕਰਦੇ ਹਾਂ ਲੜਕੀਆਂ ਦੀ ਤੇ ਲੜਕੀਆਂ ਆਪਣਾ ਜ਼ਿਆਦਾ ਸਮੇਂ ਕਿਹੜੇ ਚੀਜ਼ਾਂ ਦੇ ਵਿੱਚ ਜਿਹੜਾ ਆ ਬਤਾਉਂਦੀਆਂ ਫੋਨ ਵਿੱਚ ਰਿਐਲਿਟੀ ਹੈ ਫੋਨ ਹੈ ਬਟ ਪਹਿਲਾ ਸਮਾਂ ਸੀ ਉਦੋਂ ਸਾਰੇ ਇਕੱਠੇ ਹੋ ਕੇ ਪਹਿਲਾਂ ਇਕੱਠੇ ਹੋ ਕੇ ਸਾਰਾ ਫੰਕਸ਼ਨ ਮਨਾਉਂਦੀਆਂ ਸੀ ਬਟ ਹੁਣ ਜ਼ਿਆਦਾਤਰ ਟਾਈਮ ਕੁੜੀਆਂ ਫੋਨਾਂ 'ਚ ਬਿਜ਼ੀ ਹੋ ਜਾਂਦੀਆਂ ਨੇ ਸਰ ਮੇਰਾ ਵੀ ਇਹੀ ਹੈ ਕਿ ਕਾਲਜ ਮੇ ਹੀ ਜ਼ਿਆਦਾਤਰ ਟਾਈਮ ਅੱਜ ਕੱਲ੍ਹ ਲੋਕ ਫੈਮਿਲੀ ਕੇ ਸਾਥ ਕਮ ਹੋ ਗਏ ਫਰੈਂਡ ਕੇ ਸਾਥ ਜ਼ਿਆਦਾ ਫੋਨ ਕੇ ਸਾਥ ਜ਼ਿਆਦਾ ਹੋ ਗਏ ਮੰਮੀ ਪਾਪਾ ਸਾਥ ਪਿੱਛੇ ਕਾਰਨ ਕੀ ਹੈ ਕਿ ਫੋਨ 'ਚ ਜ਼ਿਆਦਾ ਸਮਾਂ ਤੁਸੀਂ ਬਤਾ ਰਹੇ ਹੋ ਫੋਨ 'ਚ ਸਮਾਂ ਇਸ ਲਈ ਬਤਾ ਰਹੇ ਕਿਉਂਕਿ ਸਾਰੇ ਵਿੱਚ ਕੋਈ ਫੇਸਬੁੱਕ ਨਾਲ ਅਟੈਚ ਹੈ ਕੋਈ ਵਟਸਐਪ ਨਾਲ ਅਟੈਚ ਹੈ ਕਿਉਂਕਿ ਅੱਜ ਕੱਲ੍ਹ ਦਾ ਟਾਈਮ ਕਿਸੇ ਕੋ ਹੈ ਨਹੀਂ ਮਿਲਣ ਦਾ ਤਾਂ ਇਸ ਲਈ ਵਟਸਐਪ ਦੇ ਰਾਹੀਂ ਸਾਰੇ ਇੱਕ ਦੂਜੇ ਨਾਲ ਅਟੈਚ ਨੇ ਹਾਂਜੀ ਸਰ ਇਹੀ ਬਾਤ ਹੈ ਕਿ ਸਭੀ ਅੱਜ ਕੱਲ੍ਹ ਫੇਸਬੁੱਕ ਵਟਸਐਪ ਨਈ ਨਈ ਚੀਜ਼ੇ ਸਭ ਐਪਸ ਅੱਜ ਕੱਲ੍ਹ ਇਤਨੇ ਸਾਰੇ ਆ ਰਹੇ ਸਭੀ ਡਾਊਨਲੋਡ ਕਰਨੇ ਮੇ ਲੱਗੇ ਹੋਏ ਹੈ ਫਿਰ ਸਭ ਫੋਨ ਮੇ ਜ਼ਿਆਦਾ ਬਿਜ਼ੀ ਹੈ ਮੈਮ ਜੇ ਅਗਰ ਲੜਕੀਆਂ ਕੋਲ ਫੋਨ ਖੋਲੇ ਜਾਣ ਤਾਂ ਕੀ ਹੋਏਗਾ ਜ਼ਿਆਦਾ ਕੁਛ ਨਹੀਂ ਹੋਏਗਾ ਇੱਕ ਅੱਧੀ ਬੇਹੋਸ਼ ਵੀ ਹੋ ਸਕਦੀ ਹੈ ਸਰ ਬਹੁਤ ਜ਼ਿਆਦਾ ਅਗਰ ਇੱਕ ਮਿੰਟ ਫੋਨ ਨਾ ਰਹੇ ਤਾਂ ਫਿਰ ਪਾਗਲ ਹੀ ਹੋ ਜਾਂਦੇ ਸਭੀ ਪਾਗਲ ਹੀ ਹੋ ਜਾਂਦੇ ਆ ਹਾਂਜੀ ਨਹੀਂ ਇੰਨਾ ਵੀ ਨਹੀਂ ਕਹਿ ਸਕਦੇ ਕਿ ਜੁੜੀ ਤੋਂ ਨਾ ਵੀ ਹਰ ਕੁੜੀ ਕੋਲ ਫੋਨ ਹੋਵੇ ਕਿਸੇ ਕੋਈ ਕੁੜੀ ਇਹ ਵੀ ਹੁੰਦੀ ਹੈ ਕਿ ਫੋਨ ਤੋਂ ਬਿਨਾਂ ਵੀ ਗੁਜ਼ਾਰਾ ਕਰ ਸਕਦੀ ਆ ਕੁਝ ਕੁੜੀਆਂ ਜਿਹੜੀਆਂ ਫੋਨ ਤੋਂ ਬਿਨਾਂ ਵੀ ਗੁਜ਼ਾਰਾ ਕਰ ਰਹੀਆਂ 15 ਅਗਸਤ ਆਉਣ ਵਾਲੀ ਹੈ ਜੀ ਕੀ ਮੈਸੇਜ ਦੋਗੇ ਮੈਂ ਇਹੀ ਕਹੂੰਗੀ ਜਿਹੜੇ ਅੱਜ ਕੱਲ੍ਹ ਦੇ ਨੌਜਵਾਨ ਮੁੰਡੇ ਨਸ਼ਿਆਂ ਵੱਲ ਜਾ ਰਹੇ ਨੇ ਉਹ ਪਲੀਜ਼ ਨਸ਼ਾ ਛੱਡਣ ਦੀ ਮੈਂ ਕਹਿੰਦੀ ਨਸ਼ਾ ਛੱਡਣ ਦੀ ਮੁਹਿੰਮ ਚਲਾਈ ਜਾਵੇ ਵੱਧ ਤੋਂ ਵੱਧ ਦੇਸ਼ ਭਗਤੀ ਵੱਲ ਅੱਗੇ ਵਧਣ ਨਸ਼ਾ ਛੱਡ ਕੇ ਦੇਸ਼ ਦੀ ਸੇਵਾ ਕਰਨ ਵਾਸਤੇ ਬਾਰਡਰ ਤੇ ਖੜੇ ਹੋਏ ਉਹਨਾਂ ਸਾਥੀਆਂ ਦਾ ਸਾਥ ਦੇਣ ਉਹ ਵੀ ਟਰਾਈ ਕਰਨ ਆਪਣਾ ਅੱਗੇ ਕਾਲਜ ਦੀਆਂ ਕੁੜੀਆਂ ਜਿਹੜੀਆਂ ਕਿ ਤੀਜ਼ ਮਨਾ ਰਹੀਆਂ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਇਸ ਵਾਰ ਵਧਿਆ ਕੀ ਸਪੈਸ਼ਲ ਹੈ ਸਾਰੇ ਬਹੁਤ ਸੋਹਣੇ ਸੋਹਣੇ ਬਣ ਕੇ ਆਏ ਹੋਏ ਹੈ ਬਹੁਤ ਮੌਸਮ ਬਹੁਤ ਵਧੀਆ ਹੈ ਔਰ ਬਹੁਤ ਵਧੀਆ ਮਾਹੌਲ ਬਣਿਆ ਹੈ ਇਸ ਵਾਰ ਮੌਸਮ ਬਹੁਤ ਵਧੀਆ ਹਰ ਸਾਲ ਇਹਨਾਂ ਕਾਫੀ ਗਰਮੀ ਹੁੰਦੀ ਹੈ ਪਰ ਇਸ ਵਾਰ ਮੌਸਮ ਬਹੁਤ ਵਧੀਆ ਹੈ ਮੇਰਾ ਜਿਹੜਾ ਪਹਿਲਾ ਸਾਲ ਹੈ ਮੈਂ ਬਹੁਤ ਇੰਜੋਏ ਕਰਦੀ ਹਾਂ ਮੌਸਮ ਵੀ ਬਹੁਤ ਅੱਛਾ ਤੇ ਪ੍ਰੋਗਰਾਮ ਵੀ ਬਹੁਤ ਜ਼ਿਆਦਾ ਵਧੀਆ ਨੇ ਮੈਂ ਫਸਟ ਈਅਰ ਹੈ ਇੱਥੇ ਕਰ ਰਹੀ ਹਾਂ ਅਤੇ ਬਹੁਤ ਅੱਛਾ ਲੱਗ ਰਿਹਾ ਮੇਰਾ ਮੌਸਮ ਇੰਨਾ ਅੱਛਾ ਹੈਗਾ ਆ ਅਤੇ ਇੰਨਾ ਅੱਛਾ ਫੰਕਸ਼ਨ ਹੋ ਰਿਹਾ ਬਹੁਤ ਜ਼ਿਆਦਾ ਮੈਂ ਬਹੁਤ ਹੈਪੀ ਹਾਂ ਡਾਂਸ ਵੀ ਕਰਨਾ ਮੈਂ ਗੱਲ ਕੀਤੀ ਜਾਵੇ ਕੁੜੀਆਂ ਕੋਲ ਫੋਨ ਖੋਲਿਆ ਜਾਵੇ ਤੇ ਕੀ ਹਾਲਤ ਹੋ ਨਾ ਨਾ ਫੋਨ ਨਹੀਂ ਖੋਣਾ ਚਾਹੀਦਾ ਮੈਂ ਤਾਂ ਸੈਲਫੀਆਂ ਕਿੱਥੋਂ ਖਿੱਚਣੀ ਆ ਸੈਲਫੀਆਂ ਕਿੱਥੋਂ ਖਿੱਚਣੀ ਆ ਏਦਾਂ ਥੋੜ੍ਹੀ ਹੁੰਦਾ ਫੋਨ ਖੋਲੂੰਗੇ ਤੁਸੀਂ ਕੁੜੀ ਨੇ ਪਹਿਲੀ ਗੱਲ ਤਾਂ ਫੋਨ ਯੂਜ਼ ਹੀ ਨਹੀਂ ਕਰਨਾ ਚਾਹੀਦਾ ਕਾਲਜ ਆ ਕੇ ਫੋਨ ਤਾਂ ਜ਼ਰੂਰੀ ਹੈ ਪਰ ਕਾਲਜ ਮੈਂ ਨਹੀਂ ਲੈ ਕੇ ਆਉਣਾ ਚਾਹੀਦਾ ਕੁਛ ਨਹੀਂ ਹੋਏਗਾ ਪੜ੍ਹਾਈ ਹੋ ਜਾਏਗੀ ਹੋਰ ਕੁਛ ਨਹੀਂ ਹੋ ਸਕਦਾ ਪੜ੍ਹਾਈ ਹੋ ਗਈ ਹੋਰ ਤਾਂ ਕੁਛ ਨਹੀਂ ਹੋਗਾ ਜੀ ਇਹਨਾਂ ਦਾ ਕਹਿਣਾ ਹੈ ਪੜ੍ਹਾਈ ਹੋਏਗੀ ਸਮੇਂ ਦੇ ਵਿੱਚ ਤੇ ਤੁਸੀਂ ਅਖਬਾਰ ਪੜ੍ਹਨਾ ਪਸੰਦ ਕਰਦੇ ਹੋ ਜਾਂ ਕਿ ਮੋਬਾਈਲ ਦੇ ਉੱਤੇ ਜ਼ਿਆਦਾ ਟਾਈਮ ਜਿਹੜਾ ਵੇਸਟ ਕਰਨਾ ਕਿਉਂਕਿ ਅੱਜ ਆਪਾਂ ਨੈਟ ਆਨ ਕਰਕੇ ਅਖਬਾਰ ਤਾਂ ਪੜ੍ਹਨੀ ਪੜ੍ਹਨੀ ਅਗਰ ਮੈਸੇਜ ਆ ਗਿਆ ਮੈਸੇਜ ਵੱਲ ਜ਼ਿਆਦਾ ਧਿਆਨ ਹੁੰਦਾ ਮੈਮ ਅਗਰ ਗੱਲ ਕੀਤੀ ਜਾਵੇ ਤੀਆਂ ਦੀ ਤੇ ਤੀਆਂ ਦੇ ਵਿੱਚ ਇਸ ਵਾਰ ਜਿਹੜਾ ਤੁਹਾਡੇ ਕਾਲਜ ਦਾ ਥੀਮ ਕੀ ਹੈ ਥੀਮ
ਪੰਜਾਬੀ ਸੂਟ ਪੰਜਾਬੀ ਸੂਟ ਪਰਾਂਦੀ ਜੁੱਤੀ ਕੈਂਠਾ ਇਹ ਦੱਸਣਾ ਕਿ ਜਿਹੜੀਆਂ ਕੁੜੀਆਂ ਹੁੰਦੀਆਂ ਨੇ ਉਹਨਾਂ ਲਈ ਮਤਲਬ ਇੱਕ ਸਪੈਸ਼ਲ ਤਿਉਹਾਰ ਰੱਖਿਆ ਜਾਂਦਾ ਜਿਹਦੇ ਵਿੱਚ ਬੋਇਜ਼ ਦਾ ਕੋਈ ਰਿਲੇਟਡ ਨਹੀਂ ਹੁੰਦਾ ਹੈਗਾ ਮੁੰਡਿਆਂ ਦੇ ਨਾਲ ਕੋਈ ਉਹ ਨਹੀਂ ਹੁੰਦਾ ਹੈਗਾ ਸਿਰਫ ਗਰਲਜ਼ ਲਈ ਸਪੈਸ਼ਲ ਬਣਾਇਆ ਜਾਂਦਾ ਹੈ ਤਾਂ ਕਿ ਲੋਕਾਂ ਨੂੰ ਇਹ ਪਤਾ ਲੱਗੇ ਕਿ ਗਰਲਜ਼ ਦੀ ਆਪਣੀ ਅਹਿਮੀਅਤ ਹੁੰਦੀ ਆ ਅਤੇ ਆਪਣੀ ਉਹਨਾਂ ਦੀ ਪਹਿਚਾਣ ਹੁੰਦੀ ਆ ਸੋ ਦੈਟਸ ਵਾਈ ਹਾਂਜੀ ਤੀਸਰਾ ਥੀਮ ਹੈ ਕਿ ਮਤਲਬ ਕੁੜੀਆਂ ਨੂੰ ਅੱਜ ਕੱਲ੍ਹ ਦੇ ਸੱਭਿਆਚਾਰ ਤੋਂ ਲਿੰਕ ਕਰਵਾਉਣਾ ਖੜੇ ਹਾਂ ਜੀ ਮਾਸਟਰ ਤਾਰਾ ਸਿੰਘ ਕਾਲਜ ਦੇ ਵਿੱਚ ਜਿੱਥੇ ਕਿ ਤੀਜ ਦਾ ਤਿਉਹਾਰ ਬੜੇ ਹੀ ਚਾਅ ਨਾਲ ਮਨਾਇਆ ਜਾ ਰਿਹਾ ਸਾਡੇ ਨਾਲ ਕਾਲਜ ਦੇ ਸਟੂਡੈਂਟ ਜਿਹੜੇ ਕਿ ਡਾਂਸ ਕਰ ਰਹੇ ਆ ਉਹਨਾਂ ਦੇ ਨਾਲ ਗੱਲਬਾਤ ਕਰੀਏ ਮੈਮ ਅਗਰ ਤੀਜ ਦੀ ਗੱਲ ਕੀਤੀ ਜਾਵੇ ਤਾਂ ਮਾਸਟਰ ਤਾਰਾ ਸਿੰਘ ਕਾਲਜ ਦਾ ਤੀਜ ਫੈਸਟੀਵਲ ਕਿੱਦਾਂ ਬਹੁਤ ਵਧੀਆ ਬਹੁਤ ਬਹੁਤ ਵਧੀਆ ਬਹੁਤ ਬਹੁਤ ਵਧੀਆ ਬਹੁਤ ਇੰਜੋਇਮੈਂਟ ਹੁੰਦੀ ਹੈ ਬਹੁਤ ਇੰਜੋਇਮੈਂਟ ਗੱਲ ਕੀਤੀ ਜਾਵੇ ਤੀਜ ਦੀ ਤੇ ਤੀਜ ਦੇ ਉੱਤੇ ਜਿਹੜੀਆਂ ਕੁੜੀਆਂ ਕਿਸ ਤਰ੍ਹਾਂ ਦੀ ਡਰੈਸ ਅਪ ਕਰਨਾ ਪਸੰਦ ਕਰਦੇ ਸਲਵਾਰ ਸੂਟ ਮੈਂ ਅਗਰ ਗੱਲ ਕੀਤੀ ਜਾਵੇ 15 ਅਗਸਤ ਨੂੰ ਤੇ 15 ਅਗਸਤ ਦੇ ਉੱਤੇ ਤੁਸੀਂ ਕੀ ਮੈਸੇਜ ਦੇਣਾ 15 ਅਗਸਤ ਇਹ ਮੈਸੇਜ ਦੇਣਾ ਚਾਹਾਂਗੇ ਕਿ ਜਿਹੜੇ ਆਰਮੀ ਲੋਕ ਨੇ ਉਹ ਸਾਡੇ ਦੇਸ਼ ਦੀ ਰੱਖਿਆ ਕਰਦੇ ਨੇ ਆਰਮੀ ਤੇ ਹੋਰ ਦੇਸ਼ ਲਈ ਲੜਦੇ ਨੇ ਉਹ ਤੇ ਅਗਰ ਤੁਹਾਨੂੰ ਮੌਕਾ ਮਿਲੇ ਤਾਂ ਤੁਸੀਂ ਆਰਮੀ ਜੁਆਇਨ ਕਰਨਾ ਚਾਹੋਗੇ ਹਾਂ ਹਾਂਜੀ ਕਰਨਾ ਚਾਹਾਂਗੇ ਆਪਣੇ ਦੇਸ਼ ਅਸੀਂ ਵੀ ਰਾਖੀ ਕਰਨਾ ਚਾਹੁੰਦੇ ਹਾਂ ਜੀ ਹਾਂ ਦੇਸ਼ ਦੀ ਰਾਖੀ ਕਰਨਾ ਚਾਹੁੰਦੇ ਆ ਫਿਲਹਾਲ ਇਹ ਤੀਜ ਮਨਾ ਰਹੇ ਆ ਤੇ ਤੀਜ ਦੇ ਉੱਤੇ ਅਗਰ ਗੀਤ ਨਾ ਹੋਵੇ ਤਾਂ ਇਹ ਹੋ ਨਹੀਂ ਸਕਦਾ ਕਿਹੜਾ ਗੀਤ ਜਿਹੜਾ ਹੈ ਤੁਸੀਂ ਸੁਣਾਉਣ ਜਾ ਰਹੇ ਹੋ ਤੀਜ ਦੇ ਹੌਲੀ ਹੌਲੀ ਗਿੱਧੇ ਵਿੱਚ ਨੱਚ ਪਤਲੋ ਨੀ ਤੇਰਾ ਲੱਕ ਨਾ ਮਰੋੜਾ ਖਾ ਜਾਵੇ ਹੌਲੀ ਹੌਲੀ ਗਿੱਧੇ ਵਿੱਚ ਨੱਚ ਪਤਲੋ ਨੀ ਤੇਰਾ ਲੱਕ ਨਾ ਮਰੋੜਾ ਖਾ ਜਾਵੇ ਕੱਚ ਦਾ ਸਮਾਨ ਪਿੱਲੋ ਰੱਖ ਸਾਮ ਕੇ ਨੀ ਤੇ ਸੋਹਣੀ ਤੜਕ ਨਾ ਜਾਵੇ ਹੌਲੀ ਹੌਲੀ ਗਿੱਧੇ ਵਿੱਚ ਨੱਚ ਪਤਲੋ ਨੀ ਤੇਰਾ ਲੱਕ ਨਾ ਮਰੋੜਾ ਖਾ ਜਾਵੇ ਇਸ ਤੀਜ ਤੇ ਤੀਜ ਦੇ ਉੱਤੇ ਕਿਹੜਾ ਜਿਹੜਾ ਗੀਤ ਜਿਹੜਾ ਆ ਤੁਸੀਂ ਡੈਡੀਕੇਟ ਕਰਨਾ ਚਾਹੋਗੇ ਤੇ ਕਿਹਨੂੰ ਅੱਜ ਕੱਲ੍ਹ ਲੌਂਗ ਲਾਚੀ ਜ਼ਿਆਦਾ ਫੇਮਸ ਚੱਲ ਰਿਹਾ ਅਸੀਂ ਉਹੀ ਡੈਡੀਕੇਟ ਕਰਾਂਗੇ ਵੇ ਤੂੰ ਲੌਂਗ ਵੇ ਮੈਂ ਲਾਚੀ ਤੇਰੇ ਪਿੱਛੇ ਆ ਗਵਾਚੀ ਵੇ ਤੂੰ ਲੌਂਗ ਵੇ ਮੈਂ ਲਾਚੀ ਤੇਰੇ ਪਿੱਛੇ ਆ ਗਵਾਚੀ ਵੇ ਤੇਰੀ ਸ਼ੇਕੇ ਨੇ ਮਾਰੀ ਕੁੜੀ ਕੱਚ ਦੀ ਕਵਾਰੀ ਤੇਰੀ ਸ਼ੇਕੇ ਨੇ ਮਾਰੀ ਕੁੜੀ ਕੱਚ ਦੀ ਕਵਾਰੀ ਵੇ ਮੈਂ ਚੰਮੇ ਦੇ ਬਹਾਰਾਂ ਵਾਲੀ ਸ਼ਾਮ ਵੇ ਮੁੰਡਿਆ ਸੰਦਲੀ ਸੰਦਲੀ ਨੈਣਾ ਵਿੱਚ ਤੇਰਾ ਨਾਮ ਵੇ ਮੁੰਡਿਆ ਸੰਦਲੀ ਸੰਦਲੀ ਨੈਣਾ ਵਿੱਚ ਤੇਰਾ ਨਾਮ ਵੇ ਮੁੰਡਿਆ ਥੈਂਕ ਯੂ ਮਾਸਟਰ ਤਾਰਾ ਸਿੰਘ ਕਾਲਜ ਦੇ ਵਿੱਚ ਤੀਜ ਦਾ ਫੈਸਟੀਵਲ ਬੜੀ ਧੂਮ ਨਾਲ ਮਨਾਇਆ ਜਾ ਰਿਹਾ ਹੈ ਅਗਰ ਗੱਲਬਾਤ ਕਰੀਏ ਮੈਮ ਇਸ ਵਾਰ ਜਿਹੜਾ ਤੀਜ ਦੇ ਉੱਤੇ ਅਗਰ ਤੁਸੀਂ ਆਪਣੇ ਕਿਸੇ ਸਪੈਸ਼ਲ ਫਰੈਂਡ ਨੂੰ ਕੋਈ ਮੈਸੇਜ ਦੇਣਾ ਹੋਵੇ ਤਾਂ ਕੀ ਦੋਗੇ ਇਹੀ ਦਊਂਗੀ ਮੇਰੇ ਫਰੈਂਡ ਹੈ ਇੱਕ ਉਹ ਪਰਫਾਰਮ ਕਰ ਰਹੇ ਆ ਮੈਂ ਉਹਨਾਂ ਨੂੰ ਇਹ ਕਹੂੰਗੀ ਆਲ ਦਾ ਬੈਸਟ ਬਹੁਤ ਅੱਛਾ ਪਰਫਾਰਮ ਕਰਨਾ ਜੇ ਲੋੜ ਹੋਈ ਸਾਨੂੰ ਵੀ ਬੁਲਾ ਲੈਣਾ ਜੀ ਹਾਂ ਮੈਮ ਦਾ ਕਹਿਣਾ ਹੈ ਕਿ ਅਗਰ ਲੋੜ ਹੋਈ ਉਹਨਾਂ ਦੇ ਫਰੈਂਡ ਨੂੰ ਤਾਂ ਸਾਨੂੰ ਵੀ ਬੁਲਾ ਲਿਓ ਅਸੀਂ ਪੁੱਛਦੇ ਹਾਂ ਕਿ ਇਸ ਸਾਲ ਜਿਹੜਾ ਆ ਤੁਹਾਡਾ ਫੇਵਰੇਟ ਜਿਹੜਾ ਗੀਤ ਹੈ ਉਹ ਕਿਹੜਾ ਨੇ ਉਹ ਬੰਮ ਡਿਗੀ ਡਿਗੀ ਬੰਮ ਬੰਮ ਕੁਛ ਹੋਰ ਗਾ ਸਕਦੇ ਹਾਂ ਕਿਹੜਾ ਦਿਲ ਚੋਰੀ ਸਾਡਾ ਹੋ ਗਿਆ ਸਾਡਾ ਹੋ ਗਿਆ ਕੀ ਕਰੀਏ ਕੀ ਕਰੀਏ ਓ ਮੈਡਮ ਤੇਰੀ ਚਾਲ ਤੇਰੀ ਚਾਲ ਤੇਰੇ ਸਿਲਕੀ ਸਿਲਕੀ ਵਾਲ ਅਬ ਮੈਂ ਇਸਸੇ ਜ਼ਿਆਦਾ ਕਿਆ ਕਹੂੰ ਮੈਂ ਨਸ਼ੇ ਮੇਂ ਟੱਲੀ ਹੋ ਗਿਆ ਕੀ ਕਰੀਏ ਕੀ ਕਰੀਏ ਦਿਲ ਚੋਰੀ ਸਾਡਾ ਹੋ ਗਿਆ ਕੀ ਕਰੀਏ ਕੀ ਕਰੀਏ ਮੈਡਮ ਘਰਦਿਆਂ ਨੂੰ ਪਤਾ ਹੈ ਜੀ ਬਿਲਕੁਲ ਕਿਨੂੰ ਕਿਨੂੰ ਦੱਸਦਾ ਸਾਰਿਆਂ ਨੂੰ ਕਿ ਅੱਜ ਫੰਕਸ਼ਨ ਅੱਜ ਫੁੱਲ ਇੰਜੋਏ ਕਰਨਾ ਹੈ ਤਾਂ ਦੋਸਤੋ ਅੱਜ ਦਾ ਪ੍ਰਸ਼ਨ ਹੈ ਕਿ ਜੇ ਕੁੜੀਆਂ ਕੋਲ ਫੋਨ ਖੋਲਿਆ ਜਾਵੇ ਤਾਂ ਫਿਰ ਕੀ ਹੋਏਗਾ ਫਿਰ ਕੀ ਹੋਗਾ ਫੋਨ ਖੋਲ ਬਹੁਤ ਜ਼ਿਆਦਾ ਕੁੜੀਆਂ ਰੋਣਾ ਮਿਟਣਾ ਸਟਾਰਟ ਕਰ ਦੇਣਗੀਆਂ ਗੱਲ ਕੀਤੀ ਜਾਵੇ ਕੁੜੀਆਂ ਆਪਣਾ ਜ਼ਿਆਦਾ ਸਮੇਂ ਕਿਹੜੀਆਂ ਚੀਜ਼ਾਂ 'ਚ ਵਿਅਸਤ ਕਰਦੀਆਂ ਫੋਨ ਤੇ ਕਾਲਜ ਹੋਵੇ ਘਰ ਹੋਵੇ ਫੋਨ ਐਂਡ ਸਟੱਡੀ ਵੀ ਕਿਉਂਕਿ ਸਟੱਡੀ ਸੈਲਫੀ ਕਿਉਂ ਕਿਉਂਕਿ ਸ਼ੌਂਕ ਹੁੰਦਾ ਲਾਈਫ ਦਾ ਹਰ ਇੱਕ ਪਾਰਟ ਇੰਜੋਏ ਕਰਨਾ ਆਉਂਦਾ ਉਹਨਾਂ ਨੇ ਇਸ ਕਰਕੇ ਸੋਸ਼ਲ ਮੀਡੀਆ ਦੇ ਵਿੱਚ ਕੁੜੀਆਂ ਨੂੰ ਸਭ ਤੋਂ ਜ਼ਿਆਦਾ ਕਿਹੜਾ ਜਿਹੜਾ ਸੋਸ਼ਲ ਮੀਡੀਆ ਚਲਾਉਣਾ ਪਸੰਦ ਹੈ ਵਟਸਐਪ ਇੰਸਟਾਗ੍ਰਾਮ ਫੇਸਬੁੱਕ ਇੰਸਟਾਗ੍ਰਾਮ ਜਿਹੜੇ ਆ ਵਟਸਐਪ ਚਲਾਉਂਦੇ ਆ ਉਹ ਪਰਸਨਲ ਕੁੜੀਆਂ ਹੁੰਦੀਆਂ ਬਾਕੀ ਸਾਰੇ ਜਿਨ੍ਹਾਂ ਨੇ ਇੰਜੋਏ ਕਰਨਾ ਉਹ ਇੰਸਟਾ ਫੇਸਬੁੱਕ ਵਗੈਰਾ ਚਲਾਉਂਦੇ ਆ ਜੀ ਹਾਂ ਇੰਸਟਾਗ੍ਰਾਮ ਚਲਾਉਣਾ ਇਹਨਾਂ ਨੂੰ ਪਸੰਦ ਹੈ ਅਗਰ ਗੱਲਬਾਤ ਕੀਤੀ ਜਾਵੇ ਕੁੜੀਆਂ ਨੂੰ ਅਖਬਾਰ ਪੜ੍ਹਨਾ ਪਸੰਦ ਜ਼ਿਆਦਾ ਆਵੇਗਾ ਜਾਂ ਯੂਟਿਊਬ ਦੇਖਣਾ ਜ਼ਿਆਦਾ ਯੂਟਿਊਬ ਕਿਉਂਕਿ ਇਸ ਸਮੇਂ
ਅਖਬਾਰ ਕਿਉਂਕਿ ਅਖਬਾਰ ਜਿਹੜਾ ਬੋਰਿੰਗ ਹੋ ਜਾਂਦਾ ਬਲੈਕ ਐਂਡ ਵਾਈਟ ਯੂਟਿਊਬ ਤੇ ਮਸਾਲੇਦਾਰ ਚੀਜ਼ਾਂ ਆਉਂਦੀਆਂ ਅਖਬਾਰ ਪੜ੍ਹਨਾ ਬੋਰਿੰਗ ਹੋ ਜਾਂਦਾ ਆ ਆਪਾਂ ਹੋਰ ਵੀ ਕਿਸੇ ਨੂੰ ਪੁੱਛਦੇ ਹਾਂ ਜੀ ਤੁਹਾਨੂੰ ਕਿੱਦਾਂ ਲੱਗਦਾ ਅਖਬਾਰ ਪੜ੍ਹਨਾ ਕਿ ਯੂਟਿਊਬ ਚਲਾਉਣਾ ਕਿਉਂ ਕਿਉਂਕਿ ਉੱਥੇ ਮੌਜ ਮਜ਼ੇਦਾਰ ਬਹੁਤ ਚੀਜ਼ਾਂ ਹੁੰਦੀਆਂ ਬਹੁਤ ਕੁਛ ਹੁੰਦਾ ਬਹੁਤ ਕੁਛ ਸਿੱਖਣ ਨੂੰ ਮਿਲਦਾ ਸਾਨੂੰ ਅੱਜ ਦੇ ਸਮੇਂ 'ਚ ਐਡਵਰਟਾਈਜ਼ਮੈਂਟ ਵਾਸਤੇ ਸਭ ਤੋਂ ਵਧੀਆ ਪਲੇਟਫਾਰਮ ਕਿਹੜਾ ਆ ਐਡਵਰਟਾਈਜ਼ਮੈਂਟ ਵਾਸਤੇ ਹਾਂ ਸੈੱਲ ਫੋਨ ਆ ਸੋਸ਼ਲ ਮੀਡੀਆ ਬੈਸਟ ਹੈ ਸੋਸ਼ਲ ਮੀਡੀਆ ਸੋਸ਼ਲ ਮੀਡੀਆ ਜਿਹੜਾ ਆ ਬਾਕੀ ਸਾਰੀਆਂ ਚੀਜ਼ਾਂ ਤੋਂ ਜ਼ਿਆਦਾ ਇੰਟਰਸਟਿੰਗ ਹੈ ਜ਼ਿਆਦਾ ਰੋਚਕ ਹੈ ਯੈਸ ਬਿਲਕੁਲ ਬਹੁਤ ਜ਼ਿਆਦਾ ਇੰਟਰਸਟਿੰਗ ਹੈ ਟਾਈਮ ਪਾਸ ਕਿੱਦਾਂ ਹੋ ਜਾਂਦਾ ਪਤਾ ਹੀ ਨਹੀਂ ਲੱਗਦਾ ਫਿਲਮਾਂ ਦੀ ਇਨਫੋਰਮੇਸ਼ਨ ਕਿੱਥੋਂ ਲੈਂਦੇ ਹੋ ਸੋਸ਼ਲ ਮੀਡੀਆ ਅਖਬਾਰਾਂ ਤੋਂ ਅਖਬਾਰ ਤਾਂ ਪੜ੍ਹਦੇ ਨਹੀਂ ਆਉਂਦਾ ਵੀ ਨਹੀਂ ਸਗੋਂ ਆਪਾਂ ਬੰਦ ਕਰ ਦਿੰਦੇ ਹਾਂ ਕਿਉਂਕਿ ਪਤਾ ਕਿ ਅੱਜ ਕੱਲ੍ਹ ਗੂਗਲ 'ਤੇ ਵੀ ਨਿਊਜ਼ ਆਉਂਦੀ ਹੈ ਫਿਰ ਲੋੜ ਕਰਦੀ ਅਖਬਾਰਾਂ ਦੀ ਬੇਫਾਲਤੂ ਗੂਗਲ 'ਤੇ ਵੀ ਨਿਊਜ਼ ਆਉਂਦੀ ਹੈ ਤੁਹਾਨੂੰ ਲੱਗਦਾ ਕਿ ਅਖਬਾਰਾਂ ਜਿਹੜੀਆਂ ਉਹਦਾ ਪੈਟਰਨ ਬਹੁਤ ਪੁਰਾਣਾ ਹੋ ਚੁੱਕਾ ਆ ਹੁਣ ਅਖਬਾਰ ਨੂੰ ਬੰਦ ਕਰ ਦੇ ਬਿਲਕੁਲ ਜਾਂ ਤਾਂ ਬੰਦ ਕਰੋ ਜਾਂ ਚੇਂਜ ਕਰੋ ਇਹਨਾਂ ਦਾ ਮੰਨਣਾ ਕਿ ਅਖਬਾਰ ਨੂੰ ਬੰਦ ਕਰ ਦਿਓ ਚੇਂਜ ਕਰ ਦਿਓ ਤੁਹਾਡਾ ਕੀ ਬੰਦ ਹੀ ਹੋਣਾ ਚਾਹੀਦਾ ਫਿਲਹਾਲ ਤਾਂ ਅਖਬਾਰ ਬੰਦ ਹੋਣੀ ਚਾਹੀਦੀ ਹੈ ਦੇਸ਼ ਦਾ ਪੇਪਰ ਵੇਸਟ ਹੁੰਦਾ ਹੋਰ ਕਿਆ ਪੇਪਰ ਹੀ ਵੇਸਟ ਹੁੰਦਾ ਪੇਪਰ ਵੇਸਟ ਹੁੰਦਾ ਹਾਂਜੀ ਮੋਦੀ ਜੀ ਨੂੰ ਕੀ ਕਹਿਣਾ ਚਾਹੋਗੇ ਬੈਸਟ ਆਫ ਲੱਕ ਆਪ ਬਹੁਤ ਅੱਛਾ ਕਰ ਰਹੇ ਹੋ ਮੁਝੇ ਆਪ ਬਹੁਤ ਪਸੰਦ ਹੋ ਮੈਂ ਆਪਕੋ ਐਪਰੀਸ਼ੀਏਟ ਕਰਤੀ ਹੂੰ ਔਰ ਮੈਂ ਆਪਕੀ ਜੋ ਵੀ ਆਪ ਕਰਤੇ ਹੋ ਮੈਂ ਇਸਸੇ ਬਿਲਕੁਲ ਬਹੁਤ ਖੁਸ਼ ਹੋਤੀ ਮੋਦੀ ਜੀ ਦਾ ਲੇਟੈਸਟ ਲੈਕਚਰ ਕਿਹੜਾ ਸੁਣੇ ਤੁਸੀਂ ਕਾਈ ਵੀ ਨਹੀਂ ਐਪਰੀਸ਼ੀਏਟ ਕੀਤਾ ਕੀਤਾ ਫਿਰ ਬਟ ਮੈਂ ਫਿਰ ਵੀ ਬਾਹਰ ਸੋਸ਼ਲ ਮੈਂ ਉਨਕੀ ਬਾਤੇਂ ਹੋਤੀ ਹੈ ਵਹੀ ਸੁਣ ਕੇ ਮੈਂ ਉਨਕੇ ਸਾਰੇ ਡਿਸੀਜ਼ਨਸ ਵੋ ਸਭ ਅੱਛੇ ਲਗਤੇ ਹੈ ਵੋ ਸੁਣਾ ਹੈ ਮੈਨੇ ਸਵਾਲ ਉਹੀ ਘੁੰਮ ਰਿਹਾ ਜੀ ਅਖਬਾਰਾਂ ਕਹਿੰਦੇ ਜੀ ਬੰਦ ਕਰ ਦੇਣੀਆਂ ਚਾਹੀਦੀਆਂ ਆ ਕਿਉਂ ਬੰਦ ਕਰ ਦੇਣੀਆਂ ਚਾਹੀਦੀਆਂ ਆ ਕੋਈ ਵਾਜਿਬ ਜਿਹੜਾ ਆ ਕਾਰਨ ਆਈ ਹੈ ਕਿ ਅੱਜ ਕੱਲ੍ਹ ਲੋਕੀ ਪੜ੍ਹਦੇ ਨੇ ਇੱਕ ਤਾਂ ਬੋਰਿੰਗ ਬਹੁਤ ਹੁੰਦੀ ਆ ਉੱਥੇ ਪੇਪਰ ਵੇਸਟ ਹੁੰਦਾ ਆ ਤਾਂ ਕਿਸੇ ਕਿਚਨ ਦੇ ਵਿੱਚ ਉਹ ਲਾਉਣ ਵਾਸਤੇ ਹੀ ਕੰਮ ਆਉਂਦੇ ਆ ਹੁਣ ਪੜ੍ਹਦਾ ਪੜ੍ਹਦਾ ਤਾਂ ਕੋਈ ਨਹੀਂ ਹੈਗਾ ਨਿਊਜ਼ ਪੇਪਰ ਬੰਦ ਹੀ ਕਰ ਦਿੰਦੀ ਕਿਉਂਕਿ ਅੱਜ ਕੱਲ੍ਹ ਲੋਕ ਜੋ ਹੈ ਨਿਊਜ਼ ਵਗੈਰਾ ਯੂਟਿਊਬ ਇੰਸਟਾ ਫੇਸਬੁੱਕ ਇਨ ਸਭ ਪਰ ਦੇਖਦੇ ਹੈ ਇਸ ਲਈ ਨਿਊਜ਼ ਪੇਪਰ ਬੰਦ ਕਰ ਦਿੰਦੇ ਨਿਊਜ਼ ਪੇਪਰ ਵੇਸਟ ਹੈ ਇੱਕ ਤਰਫ ਸੇ ਕੋਈ ਵੀ ਅੱਜ ਕੱਲ੍ਹ ਉਸੇ ਪੜ੍ਹਤਾ ਨਹੀਂ ਉਹ ਹਮੇਸ਼ਾ ਐਸੀ ਵੇਸਟ ਹੋਤਾ ਹੈ ਨਿਊਜ਼ ਪੇਪਰ ਘਰ ਮੇਂ ਹੀ ਪੜਾ ਰਹਤਾ ਹੈ ਔਰ ਫੋਨ ਮੇਂ ਹੋਤਾ ਹੈ ਤੋ ਹਮ ਗੂਗਲ ਸੇ ਵਗੈਰਾ ਸਭ ਚੀਜ਼ ਸੇ ਨਿਊਜ਼ ਹਮ ਪੜ੍ਹਤੇ ਹੈ ਅੱਜ ਕੱਲ੍ਹ ਫੋਨ ਹਮਾਰੇ ਪਾਸ ਹੀ ਨਹੀਂ ਹੋਤਾ ਇਸ ਲਈ ਆਲ ਟਾਈਮ ਫੋਨ ਹੀ ਯੂਜ਼ ਕਰਤੇ ਹਮਾਰੇ ਘਰ ਮੇਂ ਨਿਊਜ਼ ਪੇਪਰ ਆਤਾ ਬਸ ਐਸੇ ਹੀ ਪੜਾ ਰਹਤਾ ਹੈ ਐਸੇ ਹੀ ਪੜਾ ਰਹਤਾ ਹੈ ਦੇਖਤੇ ਨਹੀਂ ਹੈ ਨਹੀਂ ਪਾਪਾ ਦੇਖ ਹਮ ਯੂਜੀ ਵੀ ਰੇਡੀਓ ਸੇ ਨਿਊਜ਼ ਐਸੇ ਐਪ ਆ ਗਏ ਹਨ ਤਾਂ ਨਿਊਜ਼ ਪੇਪਰ ਕੀ ਕੋਈ ਜ਼ਰੂਰਤ ਹੀ ਨਿਊਜ਼ ਪੇਪਰ ਦੀ ਕੋਈ ਜ਼ਰੂਰਤ ਹੀ ਨਹੀਂ ਆ ਕੋਈ ਗੀਤ ਸੁਣਾਓਗੇ ਫਿਰ ਤੁਸੀਂ ਅਕਸੂਰ ਮੇ ਨਾ ਲੱਦੀ ਹੋਈ ਨਾਰ ਦੀ ਖਿੱਚ ਖਿੱਚ ਕੇ ਨਿਸ਼ਾਨੇ ਸਿੱਧੇ ਮਾਰਦੀ ਅਕਸੂਰ ਮੇ ਨਾ ਲੱਦੀ ਹੋਈ ਨਾਰ ਦੀ ਖਿੱਚ ਖਿੱਚ ਕੇ ਨਿਸ਼ਾਨੇ ਸਿੱਧੇ ਮਾਰਦੀ ਜਿਹੜੀ ਥੋੜੀ ਬਹੁਤੀ ਦਾਰੂ ਅੱਜ ਲੱਗੀ ਸੋਹਣਿਆ ਥੋੜੀ ਬਹੁਤੀ ਦਾਰੂ ਅੱਜ ਲੱਗੀ ਸੋਹਣਿਆ ਤੁਮ ਹੋਰ ਮੁਕ ਹੋਇਆ ਗਿਆਰ ਵਰਗਾ ਮੁੰਡਿਆਂ ਨੂੰ ਸੂਲੀ ਉੱਤੇ ਟੰਗੀ ਰੱਖਦਾ ਵੀ ਮੇਰਾ ਨਖਰਾ ਟਿੱਕੀ ਤਲਵਾਰ ਵਰਗਾ ਮੁੰਡਿਆਂ ਨੂੰ ਸੂਲੀ ਉੱਤੇ ਟੰਗੀ ਰੱਖਦਾ ਵੀ ਮੇਰਾ ਨਖਰਾ ਟਿੱਕੀ ਤਲਵਾਰ ਵਰਗਾ ਗੱਲ ਕੀਤੀ ਜਾਵੇ ਸੈਲਫੀ ਦੀ ਤੇ ਸੈਲਫੀ ਦੇ ਦੋ ਬੈਨੀਫਿਟ ਤੇ ਦੋ ਨੁਕਸਾਨ ਦੱਸਣੇ ਬੈਨੀਫਿਟਸ ਇਹ ਕਿ ਆਪਾਂ ਆਪਣੀ ਫੋਟੋ ਖੁਦ ਖਿੱਚ ਸਕਦੇ ਹਾਂ ਕਿਸੇ ਨੂੰ ਰਿਕੁਐਸਟ ਨਹੀਂ ਕਰ ਸਕਦੇ ਕਿ ਸਾਡੀ ਫੋਟੋ ਖਿੱਚੇ ਬੰਦਾ ਆਪਣੇ ਸਟਾਈਲ 'ਚ ਖਿੱਚ ਸਕਦਾ ਆਪਣੀ ਫੋਟੋ ਅਤੇ ਨੁਕਸਾਨ ਇਹ ਕਿ ਸਾਨੂੰ ਕਿਸੇ ਡੇਂਜਰ ਮਤਲਬ ਰੇਲਵੇ ਟਰੈਕ 'ਤੇ ਜਾ ਕੇ ਕਈ ਲੋਕ ਉੱਚਾਈ 'ਤੇ ਜਾ ਕੇ ਫੋਟੋ ਖਿੱਚਦੇ ਉਹ ਨਹੀਂ ਖਿੱਚਣੀ ਚਾਹੀਦੀ ਹੈ ਜਿਹਦੇ ਨਾਲ ਉਹਨਾਂ ਦੀ ਡੈਥ ਹੋ ਰਹੀ ਹੈ ਇਹ ਵੀ ਬਹੁਤ ਨੁਕਸਾਨਦਾਇਕ ਹੈ ਅਤੇ ਹੋਰ ਨੁਕਸਾਨ ਬਸ ਮੇਰੇ ਖਿਆਲ ਨਾਲ ਸਭ ਨੂੰ ਖਿਆਲ ਰੱਖਣਾ ਚਾਹੀਦਾ ਹੈ ਕਿ ਅਸੀਂ ਸੈਲਫੀ ਰੋਡ 'ਤੇ ਨਾ ਖਿੱਚੀਏ ਜਿੱਦਾਂ ਐਕਸੀਡੈਂਟ ਬਹੁਤ ਹੋ ਰਿਹਾ ਅੱਜ ਕੱਲ੍ਹ ਮੈਮ ਅਗਰ ਗੱਲ ਕੀਤੀ ਜਾਵੇ ਕੁੜੀਆਂ ਦੀ ਤੇ ਕੁੜੀਆਂ ਨੂੰ ਸੈਲਫੀ ਖਿਚਾਉਣ ਵੇਲੇ ਸਭ ਤੋਂ ਜ਼ਿਆਦਾ ਜਿਹੜਾ ਸਟਾਈਲ ਹੈ ਉਹ ਕਿਹੜਾ ਵਰਤ ਆਈ ਥਿੰਕ ਜੋ ਪਾਊਟ ਕੁੜੀਆਂ ਨੂੰ ਪਾਊਟ ਕਰਦੇ ਸੈਲਫੀ ਖਿਚਾਉਣਾ ਬਹੁਤ ਅੱਛਾ ਲੱਗਦਾ ਹਾਂਜੀ ਸੈਲਫੀ ਖਿਚਾਓ ਇੱਦਾਂ ਕੁੜੀਆਂ ਨੂੰ ਬਹੁਤ ਅੱਛਾ ਲੱਗਦਾ ਸੈਲਫੀ ਖਿਚਾਉਣਾ ਇਹ ਉਹ ਸਟਾਈਲ ਜਿਹੜਾ ਕੁੜੀਆਂ ਨੂੰ ਬਹੁਤ ਜ਼ਿਆਦਾ ਪਸੰਦ ਹੈ ਸੈਲਫੀ ਦਾ ਸੋ ਆਪਾਂ ਕੁਝ ਹੋਰ ਗੱਲਾਂ ਬਾਤਾਂ ਕਰਾਂਗੇ ਮੈਮ ਅਗਰ ਇਸ ਸੀਜ਼ਨ ਦੀ ਗੱਲ ਕੀਤੀ ਜਾਵੇ ਤਾਂ ਇਸ ਸੀਜ਼ਨ ਦੇ ਵਿੱਚ ਤੁਹਾਨੂੰ ਸਭ ਤੋਂ ਜ਼ਿਆਦਾ ਪਸੰਦੀਦਾ ਫਿਲਮ ਕਿਹੜੀ ਲੱਗੀ ਇਸ ਸੀਜ਼ਨ ਦੀ ਧੜਕ ਬਹੁਤ ਅੱਛੀ ਮੂਵੀ ਹੈ ਲਵ ਤੇ ਹੈ ਕਿ ਲੋਕ ਮਤਲਬ ਲਵ ਅਜੇ ਰੋਮਾਂਟਿਕ ਮੂਵੀ ਹੈ ਕਾਫੀ ਅੱਛੀ ਹੈ ਅਗਰ ਗੱਲ ਕੀਤੀ ਜਾਵੇ ਫਿਲਮਾਂ ਦੀ ਤਾਂ ਫਿਲਮਾਂ ਦੀ ਇਨਫੋਰਮੇਸ਼ਨ ਤੁਸੀਂ ਕਿੱਥੋਂ ਲੈਂਦੇ ਹੋ ਸੋਸ਼ਲ ਮੀਡੀਆ ਤੋਂ ਅਖਬਾਰਾਂ ਤੋਂ ਜਾਂ ਕਿਸੇ ਹੋਰ ਸੋਸ਼ਲ ਮੀਡੀਆ ਆਈ ਥਿੰਕ ਸੋ
ਜਾਂ ਮਰਜ਼ੀ ਦੇਖ ਲਓ ਮੂਵੀਜ਼ ਕੀ ਪ੍ਰਮੋਸ਼ਨ ਚੱਲਦੀ ਰਹੀ ਹੈ, ਕਈ ਨਾ ਕਈ ਸੇ ਤੋਂ ਨਿਊਜ਼ ਆਈ ਜਾਂਦੀ ਹੈ। ਤੁਹਾਡੇ ਮੁਤਾਬਕ ਅੱਜ ਦੇ ਸਮੇਂ ਦੇ ਵਿੱਚ ਅਖਬਾਰਾਂ ਚਾਹੀਦੀਆਂ ਨੇ ਕਿ ਜਾਂ ਇੰਡੀਆ ਦਾ ਜਿਹੜਾ ਪੇਪਰ ਵੇਸਟ ਹੋ ਰਿਹਾ ਅਖਬਾਰਾਂ ਬੰਦ ਕਰ ਦੇਣੀਆਂ? ਨੋ, ਇਟ ਇਜ਼ ਨੈਸੈਸਰੀ ਆਈ ਥਿੰਕ ਸੋ, ਕਿਉਂਕਿ ਜਿਹੜੇ ਬਜ਼ੁਰਗ ਲੋਕ ਹੈ, ਓਲਡ ਪੀਪਲ ਹੈ, ਉਹ ਅਖਬਾਰ ਹਲੇ ਵੀ ਪੜ੍ਹਦੇ ਹੈਗੇ ਹੈ, ਉਹਨਾਂ ਲਈ ਬਹੁਤ ਜ਼ਰੂਰੀ ਹੈ। ਮਤਲਬ ਮੇਰੀ ਨਾਨੀ ਸੀਗੇ ਪਰ ਹੁਣ ਨਹੀਂ ਹੈ, ਬਟ ਉਹਨਾਂ ਨੂੰ ਅਖਬਾਰ ਇੰਨਾ ਅੱਛਾ ਲੱਗਦਾ ਸੀ, ਰੋਜ਼ ਸਵੇਰੇ ਉੱਠ ਕੇ ਅਖਬਾਰ ਪੜ੍ਹਦੇ ਸੀ। ਅਖਬਾਰ ਇੰਨੀ ਜ਼ਰੂਰੀ ਹੈ, ਬੰਦ ਨਹੀਂ ਹੋਣਾ ਚਾਹੀਦਾ। ਮੈਮ, ਅਗਰ ਗੀਤ ਦੀ ਗੱਲ ਕੀਤੀ ਜਾਵੇ ਤਾਂ ਕਿਹੜਾ ਗੀਤ ਅੱਜ ਤੁਸੀਂ ਸੁਣਾਉਣ ਜਾ ਰਹੇ? ਮੈਂ, ਮੇਰੀ ਆਵਾਜ਼ ਅੱਛੀ ਨਹੀਂ ਹੈ, ਕਿਹੜਾ ਸੁਣਾਓ? ਅੱਛਾ ਰੁਕੋ, ਇੱਕ ਮਿੰਟ, ਟਿਊਨਿੰਗ ਆ ਰਹੀ, ਮੈਂ ਸੁਣਾ ਦੇਣੀ ਹੈ ਨਾਲ ਨਾਲ ਹੀ। ਨਾ ਲੱਗੀ ਹੋਈ ਨਾਰ ਦੀ ਖਿੱਚ ਖਿੱਚ ਕੇ ਨਿਸ਼ਾਨੇ ਸਿੱਧੇ ਮਾਰਦੀ, ਅੱਖ ਸੁਰਮੇ ਨਾ ਲੱਗੀ ਹੋਈ ਨਾਰ ਦੀ ਖਿੱਚ ਖਿੱਚ ਕੇ ਨਿਸ਼ਾਨੇ ਸਿੱਧੇ ਮਾਰਦੀ, ਮੇਰੀ ਥੋੜੀ ਬਹੁਤੀ ਦਾਰੂ ਅੱਜ ਲੱਗੀ ਸੋਹਣਿਆ, ਥੋੜੀ ਬਹੁਤੀ ਦਾਰੂ ਅੱਜ ਲੱਗੀ ਸੋਹਣਿਆ, ਤਾਂ ਹੀ ਘੋੜਾ ਮੁੱਕ ਹੋਇਆ ਅੰਗਿਆਰ ਵਰਗਾ, ਹੁੰਦਿਆਂ ਦੇ ਸੁਣੀ ਉੱਤੇ ਟੰਗੀ ਰੱਖ ਦਾੜੀ, ਮੇਰਾ ਨੱਖਰ ਅੱਜ ਤਿੱਖੀ ਤਲਵਾਰ ਵਰਗਾ। ਪੰਜਾਬੀ ਦੇ ਵਿੱਚ, ਪੰਜਾਬ ਦੇ ਵਿੱਚ ਕਿਹੜਾ ਜਿਹੜਾ ਪਹਿਰਾਵਾ ਆ ਉਹ ਗਾਇਬ ਹੁੰਦਾ ਜਾ ਰਿਹਾ? ਸੂਟ ਪਾਉਣਾ, ਪੰਜਾਬੀ ਜੁੱਤੀ ਪਾਉਣੀ, ਪਰਾਂਦਾ ਪਾਉਣਾ, ਇਹ ਸਭ ਕੁਝ ਗਾਇਬ ਹੁੰਦਾ ਜਾਂਦਾ ਹੈ। ਅੱਜ ਕੱਲ੍ਹ ਦੇ ਮਾਡਰਨ ਜ਼ਮਾਨੇ ਵਾਲੇ ਲੋਕ ਜ਼ਿਆਦਾ ਵੈਸਟਰਨ ਕਲਚਰ ਨੂੰ ਜ਼ਿਆਦਾ ਅਪਣਾਉਂਦੇ ਆ। ਕਾਰਨ ਕੀ ਹੈ? ਇਸ ਦਾ ਕਾਰਨ ਇਹ ਹੈ ਕਿ ਜਿੱਦਾਂ ਸੋਸ਼ਲ ਨੈਟਵਰਕਿੰਗ ਸਾਈਟਸ ਵੱਧ ਗਈਆਂ, ਉਹਨਾਂ ਦੇ ਵਿੱਚ ਜਿੱਦਾਂ ਹੀਰੋਇਨਸ ਲਾਈਕ ਬਾਲੀਵੁੱਡ ਟਾਈਪ ਹੈਗੀ ਹੈ, ਉਹਨਾਂ ਨੇ ਜਿੱਦਾਂ ਦੀ ਵੀਅਰਿੰਗ ਸਟਾਰਟ ਕੀਤੀ ਹੈ, ਉਸ ਅਕੋਰਡਿੰਗਲੀ ਜਿਹੜਾ ਯੂਥ ਹੈ ਉਹਨਾਂ ਤੋਂ ਇੰਸਪਾਇਰ ਹੋ ਕੇ ਵੈਸਟਰਨ ਕਲਚਰ ਵੱਲ ਜ਼ਿਆਦਾ ਜਾ ਰਿਹਾ। ਮੈਂ ਗੱਲ ਕੀਤੀ ਜਾਵੇ ਅੱਜ ਦੇ ਯੂਥ ਦੀ, ਅਤੇ ਅੱਜ ਦੇ ਯੂਥ ਨੂੰ ਜ਼ਿਆਦਾ ਸੋਸ਼ਲ ਮੀਡੀਆ ਜਿਹੜਾ ਆ ਵਰਤਣਾ ਪਸੰਦ ਹੈ ਜਾਂ ਅਖਬਾਰ ਪੜ੍ਹਨਾ? ਸੋਸ਼ਲ ਮੀਡੀਆ। ਕਾਰਨ? ਬਿਕੋਜ਼ ਦੇ ਫੀਲ ਇਟ ਲਾਈਕ ਉਸ ਫੋਨ ਵਗੈਰਾ ਦੇ ਵੀਡੀਓ ਵਿੱਚ ਦੇਖਣਾ ਜ਼ਿਆਦਾ ਪਸੰਦ ਹੈ, ਐਜ਼ ਅਕੋਰਡਿੰਗ ਟੂ ਉਹਨਾਂ ਨੂੰ ਰਾਈਟਿੰਗ ਜ਼ਿਆਦਾ ਨਹੀਂ ਪਸੰਦ, ਮਤਲਬ ਰੀਡਿੰਗ ਵਗੈਰਾ ਨਹੀਂ ਪਸੰਦ ਹੈਗੀ। ਫੋਨ 'ਤੇ ਜੋ ਵੀ ਚੀਜ਼ ਹੈ ਉਹਨਾਂ ਨੂੰ ਇੰਟਰਸਟਿੰਗ ਵੇ ਦੇ ਨਾਲ ਸਮਝਾਈ ਜਾਂਦੀ ਹੈ ਜਾਂ ਫਿਰ ਕੁਛ ਕਿੱਦਾਂ ਜਾਂਦਾ ਹੈ, ਇਸ ਕਰਕੇ ਲੋਕ ਜ਼ਿਆਦਾ ਸੋਸ਼ਲ ਮੀਡੀਆ ਵੱਲ ਜਾਂਦੇ ਆ। ਜੇ ਤੁਸੀਂ ਆਪਣੇ ਦੋਸਤਾਂ ਨੂੰ ਕੋਈ ਗੀਤ ਸੁਣਾਉਣਾ ਹੋਵੇ ਤਾਂ ਕਿਹੜਾ ਸੁਣਾਓਗੇ? ਲੱਗਦੀ ਰਹਾਰ ਦੀਆ ਜਿਸ ਹਿਸਾਬ ਨਾਲ ਚੱਲਦੀ ਆ, ਗੜੀ ਦਾ ਪਤਾ ਕਰੋ ਕਿਹੜੇ ਪਿੰਡ ਦੀਆਂ ਕਿਹੜੇ ਸ਼ਹਿਰ ਦੀਆਂ, ਲੱਗਦੀ ਪੰਜਾਬ ਦੀਆ ਜਿਸ ਹਿਸਾਬ ਨਾਲ ਹੱਸਦੀ ਆ। ਮੈਮ, ਅੱਜ ਦੇ ਮੌਕੇ ਦੇ ਉੱਤੇ ਤੁਸੀਂ ਗੁੱਤ ਕੀਤੀ ਆ, ਲਗਾਤਾਰ ਪੰਜਾਬ ਦੇ ਵਿੱਚ ਜਿਹੜੀ ਆ ਗੁੱਤ ਜਿਹੜੀ ਆ ਕਰਨੀ ਬੰਦ ਹੋ ਰਹੀ ਆ, ਫੈਸ਼ਨ ਤੋਂ ਦੂਰ ਜਾ ਰਹੀ ਆ, ਤੁਸੀਂ ਨਵਾਂ ਸਟਾਈਲ ਅਪਣਾਇਆ ਕਿੱਥੋਂ ਲਿਆ? ਇਹ ਤਾਂ ਮੇਰੇ ਦਾਦੀ ਜੀ ਨੇ ਦੱਸਿਆ ਸੀਗਾ, ਕਹਿੰਦੇ ਉਹ ਯਾਰ ਗੁੱਤ ਦੇ ਵਿੱਚ ਕੁੜੀ ਜਿੰਨੀ ਸੋਹਣੀ ਲੱਗਦੀ ਉਨੀ ਬਾਲ ਖੁੱਲਿਆਂ 'ਚ ਨਹੀਂ ਸੋਹਣੀ ਲੱਗਦੀ। ਜੇ ਤੁਸੀਂ ਆਪਣੀ ਦਾਦੀ ਜੀ ਵਾਸਤੇ ਕੋਈ ਗੀਤ ਸੁਣਾਉਣਾ ਹੋਵੇ ਜਾਂ ਕੋਈ ਬੋਲੀ ਪਾਣੀ ਹੋਏ ਤਾਂ ਆਪਣੀ ਦਾਦੀ ਜੀ ਵਾਸਤੇ ਕਿਹੜੀ? ਮੈਂ ਦਾਦੂ ਨੇ ਉਹਨਾਂ ਨੂੰ ਪਰਾਂਦਾ ਲੈ ਕੇ ਦਿੱਤਾ ਸੀਗਾ, ਤੇ ਕਾਲਾ ਪਰਾਂਦਾ ਮੇਰੇ ਸੱਜਣਾ ਲੈ ਆਉਂਦਾ, ਤੈਨੂੰ ਚੁੰਮ ਚੁੰਮ ਰੱਖਦੀ ਫਿਰਾਂ, ਮੈਂ ਪੱਪਾ ਪਾਰ ਨੱਚਦੀ ਫਿਰਾਂ, ਇਹ ਗਾਣਾ ਉਹਨਾਂ ਨੂੰ ਕਰੂੰਗੀ। ਥੈਂਕ ਯੂ ਵੈਰੀ ਮੱਚ ਮੈਮ। ਥੈਂਕ ਯੂ ਸੋ ਮੱਚ। ਤੇ ਪੰਜਾਬ ਦੇ ਕਲਚਰ ਦੇ ਵਿੱਚ ਜਿਹੜਾ ਹੈਗਾ ਤੀਜ ਜਿਹੜੀ ਆ ਉਹ ਕਦੋਂ ਤੋਂ ਸਟਾਰਟ ਹੋਈ? ਤੀਜ ਪੁਰਾਣੇ ਸਮੇਂ ਤੋਂ ਸਟਾਰਟ ਹੋਈ ਹੋਈ ਹੈ, ਇਹਨੂੰ ਆਪਾਂ ਇਹ ਨਹੀਂ ਕਹਿ ਸਕਦੇ ਕੁਝ ਸਮੇਂ ਪਹਿਲਾਂ ਸਟਾਰਟ ਹੋਈ ਹੈ, ਜਦੋਂ ਤੋਂ ਸਾਡੇ ਪੁਰਖੇ ਜੰਮੇ ਹੋਏ ਸੀਗੇ ਉਦੋਂ ਤੋਂ ਹੀ ਇਹ ਤੀਆਂ ਦਾ ਤਿਉਹਾਰ ਜਿਹੜਾ ਕਿ ਮਨਾਇਆ ਜਾਂਦਾ ਹੈ। ਕੁੜੀਆਂ ਜਿਹੜੀਆਂ ਕਿ ਆਪਣੇ ਪੇਕੇ ਘਰ ਆਉਂਦੀਆਂ ਹੈ ਅਤੇ ਉੱਥੇ ਜਿਹੜੀ ਕਿ ਆ ਪੀਂਗਾਂ ਝੂਟਦੀਆਂ ਨੇ, ਤੀਆਂ ਦਾ ਤਿਉਹਾਰ ਉਦੋਂ ਮਨਾਇਆ ਜਾਂਦਾ ਹੈ। ਮੈਮ, ਅਗਰ ਗੱਲ ਕੀਤੀ ਜਾਵੇ ਪੰਜਾਬੀ ਲੋਕ ਗੀਤਾਂ ਦੀ ਤਾਂ ਤੁਹਾਡਾ ਮਨਪਸੰਦ ਪੰਜਾਬੀ ਲੋਕ ਗੀਤ ਕਿਹੜਾ? ਪੰਜਾਬੀ ਲੋਕ ਗੀਤ ਵੈਸੇ ਤਾਂ ਸਾਰੇ ਵਧੀਆ ਕਹਿੰਦੇ ਹੁੰਦੇ ਆ ਕਿ ਸੁਣਨ 'ਚ ਲੱਗਦੇ ਹੁੰਦੇ ਆ, ਤਾਂ ਆਪਾਂ ਬੋਲੀਆਂ ਵਗੈਰਾ ਵੀ ਅੱਛੀਆਂ ਲੱਗਦੀਆਂ ਹੁੰਦੀਆਂ ਸੁਣਨ 'ਚ, ਬਟ ਕੋਈ ਕਹਿ ਸਕਦੇ ਹਾਂ ਕਿੱਦਾਂ ਗੀਤ ਨਹੀਂ, ਤੁਹਾਨੂੰ ਅਸੀਂ ਬੋਲੀ ਜ਼ਰੂਰ ਸੁਣਾ ਸਕਦੇ ਹਾਂ। ਲੋਕ ਗੀਤਾਂ ਦੀ ਸਾਉਣ ਦੇ ਮਹੀਨੇ ਦੇ ਨਾਲ ਜੁੜੀ ਹੋਈ ਬੋਲੀ ਜ਼ਰੂਰ ਸੁਣਾਉਂਦੇ, ਜਿੱਦਾਂ ਕਿ ਹੈ ਸਾਉਣ ਦਾ ਮਹੀਨਾ, ਬਾਗਾਂ ਵਿੱਚ ਬੋਲਣ ਮੋਰਵੇ ਜਾਂ ਮੈਂ ਨਹੀਂ ਸੋਰੇ ਜਾਣਾ, ਗੱਡੀ ਨੂੰ ਖਾਲੀ ਮੋੜਵੇ ਜਾਂ ਮੈਂ ਨਹੀਂ ਸੋਰੇ ਜਾਣਾ, ਗੱਡੀ ਨੂੰ ਖਾਲੀ। ਇਹ ਵੀ ਬੋਲੀ ਤੁਸੀਂ ਜਿਹੜੀ ਆ ਬੋਲਣੀ ਹੋਵੇ ਤਾਂ ਕਿੱਦਾਂ? ਨਹੀਂ, ਹੁੰਦਾ ਮਹੀਨਾ ਆ ਬਾਗਾਂ ਵਿੱਚ ਬੋਲਣ ਮੋੜਵੇ ਜਾਂ ਮੈਂ ਨਹੀਂ ਸੋਰੇ ਜਾਣਾ, ਗੱਡੀ ਨੂੰ ਖਾਲੀ ਮੋੜਵੇ ਜਾਂ ਮੈਂ ਨਹੀਂ ਸੋਰੇ ਜਾਣਾ, ਗੱਡੀ ਨੂੰ ਖਾਲੀ ਮੋੜਵੇ। ਦੇਖਿਆ ਕਿ ਬੋਲੀ ਨੂੰ ਬਣਾਤਾ ਪੋਇਮ, ਤੇ ਮੈਮ ਤੋਂ ਫਿਰ ਜਾਂਦੇ ਆ ਆਪਣੀ ਬੋਲੀ ਨੂੰ ਜਿਹੜਾ ਹੁਣ ਬੋਲੀ ਬਣਾਓ, ਕਿੱਦਾਂ ਬੋਲੀਆਂ ਪਾਈਆਂ? ਪੂਰਾ ਕਿੱਦਾਂ ਪਾ ਕੇ ਦਿਖਾ ਦਿੰਦੇ ਹਾਂ ਅਸੀਂ ਜੀ। ਸਾਉਣ ਦਾ ਮਹੀਨਾ ਬਾਗਾਂ ਵਿੱਚ ਬੋਲਣ ਮੋਰਵੇ, ਸਾਉਣ ਦਾ ਮਹੀਨਾ ਬਾਗਾਂ ਵਿੱਚ ਬੋਲਣ ਮੋਰਵੇ, ਜਾਂ ਮੈਂ ਨੀ ਜਾਂ ਮੈਂ ਨੀ ਜਾਂ ਮੈਂ ਨੀ ਸੋਰੇ ਜਾਣਾ, ਗੱਡੀ ਨੂੰ ਖਾਲੀ ਮੋੜਵੇ ਜਾਂ ਮੈਂ ਨੀ ਸੋਰੇ ਜਾਣਾ, ਗੱਡੀ ਨੂੰ ਖਾਲੀ ਮੋੜਵੇ। ਅਗਰ ਗੱਲ ਕੀਤੀ ਜਾਵੇ ਮੈਮ ਤੀਜ ਦੀ, ਤੇ ਤੀਜ ਦੇ ਦਿਨ ਚ ਤੁਹਾਨੂੰ ਇੱਕ ਦਿਨ ਵਾਸਤੇ ਜੇ ਪ੍ਰਿੰਸੀਪਲ ਬਣਾ ਦਿੱਤਾ ਜਾਵੇ ਕਾਲਜ ਦਾ, ਕੀ ਕਰੋਗੇ? ਪ੍ਰਿੰਸੀਪਲ
ਪ੍ਰਿੰਸੀਪਲ ਬਣਾ ਦਿੱਤਾ ਜਾਵੇ ਤਾਂ ਸਭ ਤੋਂ ਪਹਿਲਾਂ ਕੀ ਕਰੋਗੇ? ਸਮਾਈਲ ਸਮਾਈਲ ਤੇ ਕਰਾਂਗੇ ਖੁਸ਼ੀ ਨਾਲ। ਤੇ ਜੇ ਤੀਸ ਵਾਲੇ ਦਿਨ ਬਣਾ ਦਿੱਤਾ ਜਾਵੇ ਫਿਰ ਤੇ ਮੈਂ ਵਾਹ ਸਵਾਰੋ ਨਹੀਂ ਕੀ ਕਰਾਂ? ਗੀਤ ਸੁਣਾਓਗੇ? ਗੀਤ ਫੰਕਸ਼ਨਸ ਜ਼ਿਆਦਾ ਕਰ, ਛੁੱਟੀਆਂ ਜ਼ਿਆਦਾ ਕਰ ਦਾਂਗੇ, ਤੀਸ ਬਾਅਦ ਦੀ ਦੋ ਤਿੰਨ ਦਿਨ ਵੀ ਹੋਰ ਕਰ ਦਾਂਗੇ ਛੁੱਟੀ। ਇਹਨਾਂ ਤਾਂ ਕਹਿਣਾ ਜੇ ਇਹਨਾਂ ਨੂੰ ਪ੍ਰਿੰਸੀਪਲ ਬਣਾ ਦਿੱਤਾ ਜਾਵੇ ਤਾਂ ਤੀਸ ਤੋਂ ਬਾਅਦ ਲਗਾਤਾਰ ਇੱਕ ਦੋ ਤਿੰਨ ਦਿਨ ਛੁੱਟੀਆਂ ਕਰ ਦੇਣਗੇ। ਛੁੱਟੀਆਂ ਕਰਨ ਤੋਂ ਬਾਅਦ ਫਿਰ ਕੀ ਕਰੋਗੇ? ਹੋਣਾ ਹੀ ਪੈਣਾ। ਨਹੀਂ ਮਤਲਬ ਅਸੀਂ ਤੀਸ ਤੇ ਉਹਨਾਂ ਨੂੰ ਮਤਲਬ ਉਹਨਾਂ ਦੇ ਕਲਚਰ ਬਾਰੇ ਸਭ ਤੋਂ ਪਹਿਲਾਂ ਕਵਾਂਗੇ, ਹਰ ਇੱਕ ਨੂੰ ਪਤਾ ਹੋਵੇ ਸਾਰਿਆਂ ਦੀ ਮਤਲਬ। ਤੁਹਾਨੂੰ ਪਤਾ? ਹਾਂਜੀ ਥੋੜਾ ਬਹੁਤ ਤਾਂ ਪਤਾ ਹੀ ਆ ਜੀ। ਆ ਪ੍ਰਿੰਸੀਪਲ ਬਣ ਚੁੱਕੇ ਆ, ਹੁਣ ਉਹਨਾਂ ਨੂੰ ਪੁੱਛਣੀ ਆ ਮੈਮ ਤੀਸ ਦੀ ਸਟਾਰਟਿੰਗ ਜਿਹੜੀ ਆ ਕਦੋਂ ਸਟਾਰਟ ਕੀਤਾ ਗਿਆ, ਕਿਹੜੇ ਸੰਨ ਤੇ ਸਟਾਰਟ ਕੀਤਾ ਗਿਆ ਤੇ ਕਿੰਨੇ ਸਟਾਰਟ? ਸੋ ਪ੍ਰਿੰਸੀਪਲ ਡੈਫੀਨੇਟਲੀ ਪਤਾ ਤਾਂ ਹੋਏਗਾ ਜੀ, ਇੰਨਾ ਨਹੀਂ ਪਤਾ ਮੈਨੂੰ। ਸੋ ਪ੍ਰਿੰਸੀਪਲ ਨੂੰ ਇਹ ਤੀਸ ਦਾ ਪਤਾ ਨਹੀਂ, ਚਲੋ ਛੁੱਟੀਆਂ ਦਾ ਪਤਾ ਮੈਮ, ਕਿੰਨੀਆਂ ਛੁੱਟੀਆਂ? ਇੱਕ ਛੁੱਟੀ ਕਰੋਗੇ ਜੀ ਤੀਸ ਤੋਂ ਬਾਅਦ? ਦੋ ਨਹੀਂ ਕਰਨੀਆਂ? ਨਹੀਂ। ਕਿਉਂ ਨਹੀਂ ਦੋ ਕਰਨੀਆਂ? ਕਿਉਂਕਿ ਤੀਸ ਤੋਂ ਬਾਅਦ ਪੜ੍ਹਾਈ ਵੀ ਤੇ ਹੈਗੀ ਨਾ ਬੱਚਿਆਂ ਦੀ, ਪੜ੍ਹਾਈ ਵੀ ਹੋਣੀ ਚਾਹੀਦੀ ਆ। ਉਸ ਤੋਂ ਬਾਅਦ ਜੇ ਮੋਬਾਈਲ ਦੀ ਗੱਲ ਕੀਤੀ ਜਾਵੇ, ਜੇ ਤੁਹਾਨੂੰ ਪ੍ਰਿੰਸੀਪਲ ਬਣਾ ਦਿੱਤਾ ਜਾਵੇ ਸਕੂਲ ਦੇ ਵਿੱਚ, ਜਿਹੜਾ ਕਾਲਜ ਦੇ ਵਿੱਚ ਮੋਬਾਈਲ ਜਿਹੜਾ ਅਲਾਓ ਕਰੋਗੇ ਕਿ ਬੰਦ ਕਰ ਦੋ? ਨਹੀਂ ਅਲਾਓ ਕਰਾਂਗੇ, ਬੰਦ ਤੇ ਬਿਲਕੁਲ ਨਹੀਂ ਕਰਾਂਗੇ, ਬਸ ਜਦੋਂ ਸਟੱਡੀ ਲੈਕਚਰ ਦੇ ਵਿੱਚ ਨਾ ਯੂਜ ਕਰਨ ਤੇ ਮੋਬਾਈਲ ਦੇ ਨਾਲ ਨਾਲ ਆਪਣੀ ਸਟੱਡੀ ਵੱਲ ਵੀ। ਗੱਲ ਕੀਤੀ ਜਾਵੇ ਪੰਜਾਬੀ ਫਿਲਮਾਂ ਦੀ ਤੇ ਦੇਖਿਆ ਗਿਆ ਕਿ ਪੰਜਾਬੀ ਫਿਲਮਾਂ ਜਿਹੜੀਆਂ ਆ ਬਹੁਤ ਘੱਟ ਲੋਕੀ ਦੇਖਦੇ ਆ, ਅਕੋਰਡਿੰਗ ਟੂ ਸਾਊਥ ਫਿਲਮਾਂ, ਕਾਰਨ ਕੀ ਆ? ਪੰਜਾਬੀ ਫਿਲਮਾਂ ਜ਼ਿਆਦਾਤਰ ਤਾਂ ਲੋਕਾਂ ਨੂੰ ਆਪਣੇ ਕਲਚਰ ਬਾਰੇ ਹੀ ਨਹੀਂ ਨੌਲੇਜ ਹੈਗੀ, ਜਿਸ ਕਰਕੇ ਉਹ ਉਹਨਾਂ ਨੂੰ ਪੰਜਾਬੀ ਫਿਲਮਾਂ ਅੱਧੀਆਂ ਤਾਂ ਸਮਝ ਹੀ ਨਹੀਂ ਆਉਂਦੀ ਹੈਗੀਆਂ, ਜਿਸ ਕਰਕੇ ਉਹ ਨਹੀਂ ਦੇਖਦੇ। ਤੇ ਮੈਨੂੰ ਲੱਗਦਾ ਕਿਤੇ ਨਾ ਕਿਤੇ ਪੰਜਾਬੀ ਫਿਲਮਾਂ ਦੇ ਵਿੱਚ ਵੀ ਕਨਸੈਪਟ 'ਚ ਕਮੀ ਹੈਗੀ ਆ। ਹੋ ਸਕਦਾ ਕਿਉਂਕਿ ਜ਼ਿਆਦਾ ਅਵੇਅਰਨੈਸ ਨਹੀਂ ਹੁੰਦੀ ਕਲਚਰ ਦੀ, ਅਤੇ ਉਹ ਅੱਜ ਕੱਲ੍ਹ ਪੰਜਾਬੀ ਮੋਸਟਲੀ ਕਾਮੇਡੀ ਫਿਲਮਸ ਹੁੰਦੀਆਂ ਨੇ। ਮੈਮ ਅਗਰ ਗੱਲ ਕੀਤੀ ਜਾਵੇ ਪੰਜਾਬੀ ਫਿਲਮਾਂ ਦੀ ਤਾਂ ਕੀ ਕਾਰਨ ਕਿ ਪੰਜਾਬ ਦੇ ਵਿੱਚ ਪੰਜਾਬੀ ਫਿਲਮਾਂ ਬਹੁਤ ਘੱਟ ਦੇਖੀਆਂ ਜਾਂਦੀਆਂ ਤੇ ਪੰਜਾਬੀ ਫਿਲਮਾਂ ਨੂੰ ਕਦੇ ਅਵਾਰਡ ਨਹੀਂ ਮਿਲਦੇ? ਯਾ ਤਾਂ ਪੰਜਾਬ ਐਸੀ ਸਿਟੀ ਹੈ ਜਹਾਂ ਪੇ ਹਰ ਤਰ੍ਹਾਂ ਕੇ ਲੋਕ ਰਹਿ ਰਹੇ ਹੈ, ਜ਼ਿਆਦਾਤਰ ਤੋਂ ਬਿਹਾਰ ਸੇ ਜ਼ਿਆਦਾ ਲੋਕ ਆ ਰਹੇ ਹੈ, ਤਾਂ ਉਹ ਲੋਕ ਹਿੰਦੀ ਫਿਲਮੋਂ ਕੋ ਜ਼ਿਆਦਾ ਪਸੰਦ ਕਰਤੇ ਹੈ, ਤਾਂ ਇਸ ਲਈ ਇਹ ਵੀ ਇੱਕ ਕਾਰਨ ਹੈ ਕਿ ਉਹ ਪੰਜਾਬੀ ਫਿਲਮੋਂ ਕੋ ਇਤਨਾ ਮਤਲਬ ਇੰਪੋਰਟੈਂਸ ਨਹੀਂ ਦੇਤੇ ਹੈ, ਤਾਂ ਇਹ ਵੀ ਹੈ ਕਿ ਤੋ ਇਸ ਲਈ ਜ਼ਿਆਦਾਤਰ ਹਾਲੀਵੁੱਡ ਬੋਲੀਵੁੱਡ ਇਨਕੇ ਜ਼ਿਆਦਾ ਅਵਾਰਡਸ ਚਲਤੇ ਹੈ, ਤੋ ਹਮੇਂ ਜੋ ਪੰਜਾਬੀ ਫਿਲਮੋਂ ਕੋ ਵੈਸੇ ਆਗੇ ਲੈ ਕੇ ਜਾਣਾ ਚਾਹੀਏ, ਤੋ ਅਵਾਰਡ ਸ਼ੋ ਵੈਸੇ। ਹਾਂਜੀ ਮੈਮ ਤੁਹਾਡਾ ਕੀ ਵਿਚਾਰ? ਆਹੀ ਹੈ ਕਿ ਹਰ ਕੋਈ ਆਪਣੀ ਆਪਣੀ ਪਸੰਦ ਹੈ, ਕਈਆਂ ਨੂੰ ਪੰਜਾਬੀ ਫਿਲਮਾਂ ਪਸੰਦ ਹੈ, ਕਈਆਂ ਨੂੰ ਨਹੀਂ ਪਸੰਦ। ਜੇ ਤੁਹਾਨੂੰ ਪ੍ਰਿੰਸੀਪਲ ਬਣਾ ਦਿੱਤਾ ਜਾਵੇ ਤਾਂ ਪੰਜਾਬੀ ਫਿਲਮਾਂ ਵਾਸਤੇ ਕੀ ਕਰੋਗੇ? ਪੰਜਾਬੀ ਫਿਲਮਾਂ ਵਾਸਤੇ ਪ੍ਰਿੰਸੀਪਲ ਦਾ ਪੰਜਾਬੀ ਫਿਲਮਾਂ ਨਾਲ ਕੀ ਲੈਣਾ, ਕਾਲਜ ਦੇ ਪ੍ਰਿੰਸੀਪਲ ਪੰਜਾਬੀ ਫਿਲਮਾਂ ਨਾਲ ਕੀ ਲੈਣਾ ਦੇਣਾ? ਜੀ ਹਾਂ ਕਹਿੰਦੇ ਜੀ ਪੰਜਾਬੀ ਫਿਲਮਾਂ ਨਾਲ ਕੋਈ ਨਹੀਂ ਲੈਣਾ, ਥੀਏਟਰ ਦੀ ਐਕਟਿੰਗ ਜਾਂ ਐਕਟਿੰਗ ਦੇ ਮਾਹਿਰ ਨਾ ਹੋਣ ਕਰਕੇ ਪੰਜਾਬੀ ਫਿਲਮਾਂ ਦੇ ਵਿੱਚ ਜਿਹੜੇ ਸਟੂਡੈਂਟ ਨਹੀਂ ਜਾ ਰਹੇ। ਸੋ ਕੀ ਤੁਹਾਨੂੰ ਨਹੀਂ ਲੱਗਦਾ ਕਿ ਜੇ ਤੁਹਾਨੂੰ ਪ੍ਰਿੰਸੀਪਲ ਬਣਾ ਦਿੱਤਾ ਜਾਵੇ ਤੇ ਸਟੂਡੈਂਟ ਨੂੰ ਬਿਹਤਰੀਨ ਟ੍ਰੇਨਿੰਗ ਥੀਏਟਰ ਦੀ ਟ੍ਰੇਨਿੰਗ ਦੇ ਕੇ ਤੁਸੀਂ ਪੰਜਾਬ ਦੇ ਵਿੱਚ ਜਿਹੜੇ ਆ ਵਧੀਆ ਪੰਜਾਬੀ ਫਿਲਮਾਂ ਵਾਸਤੇ ਆਪਣੇ ਕਾਲਜ ਤੋਂ ਸਟੂਡੈਂਟ ਭੇਜ ਸਕਦੇ? ਹਾਂਜੀ ਹਾਂਜੀ ਜ਼ਰੂਰ। ਹੁਣ ਤੁਹਾਨੂੰ ਲੱਗਦਾ ਨਹੀਂ ਕਿ ਪੰਜਾਬੀ ਫਿਲਮਾਂ ਦੇ ਵਿੱਚ ਜਿਹੜਾ ਕਾਲਜ ਦਾ ਅਹਿਮ ਰੋਲ ਹੈਗਾ, ਤੇ ਤੁਹਾਨੂੰ ਇਦਾਂ ਵੀ ਫੀਲ ਨਹੀਂ ਹੋ ਰਿਹਾ ਕਿ ਜੇ ਤੁਹਾਨੂੰ ਪ੍ਰਿੰਸੀਪਲ ਬਣਾ ਦਿੱਤਾ ਜਾਵੇ ਤਾਂ ਤੁਸੀਂ ਪੰਜਾਬੀ ਫਿਲਮਾਂ ਲਈ ਜ਼ਰੂਰ ਕੁਝ ਕਰੋਗੇ? ਕਰ ਸਕਦੇ ਬੱਚੇ? ਮੈਮ ਤੁਸੀਂ ਆਪਣੇ ਬਿਆਨ ਕਿਦਾਂ ਬਦਲੋ? ਤੁਸੀਂ ਪਹਿਲਾਂ ਕਾਲਜ ਦੇ ਇੱਦਾਂ ਪੁੱਛ ਰਹੇ ਸੀਗੇ। ਚਲੋ ਪ੍ਰਿੰਸੀਪਲ ਤੁਸੀਂ ਬਣਾਤਾ, ਤੁਹਾਨੂੰ ਪ੍ਰਿੰਸੀਪਲ ਬਣਾਤਾ, ਹੁਣ ਦੱਸੋ ਕਿ ਤੀਜ ਜਿਹੜੀ ਹੈ ਕਿਉਂ ਮਨਾਈ ਜਾਂਦੀ ਹੈ, ਕਿਹੜੇ ਸੰਨ 'ਚ ਤੀਜ ਸਟਾਰਟ ਕੀਤੀ ਗਈ ਸੀ, ਤੀਜ ਦਾ ਮੀਨਿੰਗ? ਸਿਮਰਨ ਨੂੰ ਜ਼ਿਆਦਾ ਨੌਲੇਜ ਆਊਗੀ ਇਸ ਬਾਰੇ। ਨੋ ਆਈ ਡੋਂਟ ਨੋ, ਕੋਈ ਆਈਡੀਆ ਨਹੀਂ। ਮੈਂ ਫਿਰ ਹੁਣ ਪੜ੍ਹੋਗੇ? ਹਾਂਜੀ ਪੜ੍ਹਾਂਗੇ। ਇਹਦੇ 'ਤੇ ਸੋਸ਼ਲ ਮੀਡੀਆ ਦੇ ਉੱਤੇ, ਅਖਬਾਰਾਂ ਦੇ ਉੱਤੇ, ਕਿਹਦੇ 'ਤੇ? ਜੇ ਅਖਬਾਰਾਂ 'ਚ ਆ ਗਏ ਤਾਂ ਅਖਬਾਰਾਂ 'ਚ ਪੜ੍ਹ ਲਾਂਗੇ, ਸੋਸ਼ਲ ਮੀਡੀਆ 'ਤੇ ਸਰਚ ਕਰਕੇ ਪੜ੍ਹਾਂਗੇ, ਉੱਧਰੋਂ ਗੂਗਲ 'ਤੇ ਸਰਚ ਕਰ ਲਾਂਗੇ। ਮੈਮ ਅੱਜ ਦੇ ਯੁੱਗ ਦੇ ਵਿੱਚ ਮੋਬਾਈਲ ਦਾ ਜਿਹੜਾ ਯੋਗਦਾਨ ਹੈ ਕਿੰਨਾ ਕੀ ਹੈ? ਬਹੁਤ ਜ਼ਿਆਦਾ ਯੋਗਦਾਨ, ਅੱਜ ਕੱਲ੍ਹ ਸਾਰੇ ਯੂਜ਼ ਕਰ ਰਹੇ ਹੈ। ਮੈਮ ਅਗਰ ਤੀਆਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬੀ ਪਹਿਰਾਵਾ ਕਿਹੜਾ ਤੀਜ ਦੇ ਉੱਤੇ ਪਾਇਆ? ਸਲਵਾਰ ਸੂਟ। ਸਲਵਾਰ ਸੂਟ ਹੀ ਵੈਸੇ ਮੋਸਟਲੀ ਪੰਜਾਬੀ ਪਹਿਰਾਵਾ ਮੰਨਿਆ ਜਾਂਦਾ, ਸੋ ਸਲਵਾਰ ਸੂਟ। ਸ਼ਿੰਗਾਰਾਂ ਦੀ ਗੱਲ ਕੀਤੀ ਜਾਵੇ ਤਾਂ ਤੀਜ ਦੇ ਉੱਤੇ ਕਰਨ ਵਾਲੇ ਸ਼ਿੰਗਾਰ? ਟਿੱਕਾ, ਸੱਗੀ ਫੁੱਲ, ਝਾਂਜਰਾ, ਹੋਰ ਕੀ ਹੁੰਦਾ? ਅਗਰ 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 ਪੰਜਾਬੀ ਗੀਤ ਦੀ ਗੱਲ ਕੀਤੀ ਜਾਵੇ, ਕਿਹੜਾ ਪੰਜਾਬੀ ਗੀਤ ਜਿਹੜਾ ਹੈ ਤੁਸੀਂ ਸੁਣਾਉਣਾ ਚਾਹੋਗੇ? ਵੀਰ ਮੇਰੇ ਆਓ ਜੁਗਣੀ ਕਹਿੰਦੀ ਆ, ਉਹ ਨਾਮ ਸਾਈਂ ਤਾਂ ਲੈਂਦੀ ਆ। ਵੀਰ ਮੇਰੇ ਆਓ ਜੁਗਣੀ ਕਹਿੰਦੀ ਆ, ਉਹ ਨਾਮ ਸਾਈਂ ਤਾਂ ਲੈਂਦੀ ਆ। ਗੱਲ ਕੀਤੀ ਜਾਵੇ ਮੋਬਾਈਲ ਦੀ ਜਾਂ ਅਖਬਾਰ ਦੀ, ਤੁਸੀਂ ਦੋਨਾਂ ਦੇ ਵਿੱਚੋਂ ਕਿਹੜੀ ਚੀਜ਼ ਜ਼ਿਆਦਾ ਪਸੰਦ?
ਮੋਬਾਈਲ ਹੀ ਪਸੰਦ ਕਰਾਂਗੇ ਕਿਉਂਕਿ ਇਹਨੂੰ ਸੈਲਫੀ ਖਿੱਚੀ ਜਾਂਦੀ ਹੈ। ਵੈਸੇ ਤਾਂ ਨਿਊਜ਼ ਪੇਪਰ ਵਧੀਆ ਕਿਉਂਕਿ ਉਹਦੇ ਬਾਰੇ ਸਾਰੀ ਨੌਲੇਜ ਮਿਲ ਜਾਂਦੀ ਹੈ ਵਰਲਡ ਦੀ, ਇਸ ਕਰਕੇ। ਬਟ ਅੱਜ ਦੀ ਮਾਡਲ ਬਣਨੇ ਲਈ ਮੋਬਾਈਲ ਵੀ ਇੱਕ ਅਹਿਮ ਹਿੱਸਾ ਹੈ। ਇੱਕ ਡਾਂਸ ਪਲੱਸ ਨਿਊ ਡਰੈਸਿਸ। ਹਾਂ, ਨਿਊ ਕੁੜੀਆਂ ਦਾ ਜ਼ਿਆਦਾ ਸਮਾਂ ਕਿਹਦੇ ਵਿੱਚ ਨਿਕਲਦਾ? ਮੋਬਾਈਲ ਫੋਨ, ਮੇਕਅਪ। ਮੋਬਾਈਲ ਫੋਨ, ਮੇਕਅਪ। ਹੁਣ ਜੀ ਅਗਲਾ ਦੱਸੋ ਜੀ, ਕੁੜੀਆਂ ਨੂੰ ਜ਼ਿਆਦਾ ਸਮਾਂ ਕਿਹਦੇ ਵਿੱਚ ਨਿਕਲਦਾ ਪਰ ਮੋਬਾਈਲ ਫੋਨ ਅਤੇ ਮੇਕਅਪ ਨਹੀਂ ਦਿਖਾ? ਓਕੇ, ਕੁਸ਼ਚਨ ਪੁੱਛ ਲਿਆ। ਫੋਨ ਦੇ, ਫੋਨ ਹੋ ਗਿਆ, ਫੋਨ ਮੇਕਅਪ ਹੋ ਗਿਆ, ਡਰੈਸ ਸਿਲੈਕਟ ਕਰਨੇ ਮੇਂ, ਔਰ ਡਾਂਸ ਮੇਂ, ਔਰ ਅਗਰ ਤੁਹਾਡੀ ਗੱਲ ਕੀਤੀ ਜਾਵੇ ਤਾਂ ਮੰਨਿਆ ਜਾਵੇ ਕਿ ਕੁੜੀਆਂ ਦਾ ਜ਼ਿਆਦਾ ਸਮਾਂ ਜਿਹੜਾ ਕਿਸ ਚੀਜ਼ 'ਤੇ ਨਿਕਲਦਾ? ਡਾਂਸ, ਮੋਬਾਈਲ, ਮੋਬਾਈਲ ਫੋਨਸ, ਡਰੈਸਿਸ, ਇਹ ਚੀਜ਼ਾਂ। ਅਗਰ ਡਾਂਸ ਦੀ ਗੱਲ ਕੀਤੀ ਜਾਵੇ ਤਾਂ ਤੁਹਾਨੂੰ ਕਿਹੜੇ ਗੀਤ ਦੇ ਉੱਤੇ ਡਾਂਸ ਕਰਨਾ ਪਸੰਦ ਹੈ? ਮੈਨੂੰ ਮੋਸਟਲੀ ਨਿਊ ਸੌਂਗ ਆਇਆ ਦਿਲਬਰ, ਉਹਦੇ 'ਤੇ। ਸੋ ਦੋਸਤੋ, ਅੱਜ ਦਾ ਤੀਜ ਦਾ ਪ੍ਰੋਗਰਾਮ ਇੱਥੇ ਹੀ ਖਤਮ ਕਰਦੇ ਹਾਂ। ਅਗਰ ਗੱਲ ਕੀਤੀ ਜਾਵੇ ਮਾਸਟਰ ਤਾਰਾ ਸਿੰਘ ਕਾਲਜ ਦੀ ਤੇ ਤੁਸੀਂ ਮੇਰੇ ਪਿੱਛੇ ਦੇਖਦੇ ਹੋ ਕਿੰਨੇ ਭੰਗੜਾ ਚੱਲ ਰਿਹਾ, ਕਿਤੇ ਡਾਂਸ ਚੱਲ ਰਿਹਾ, ਕਿੰਨੇ ਰੰਗ ਬਿਰੰਗ ਡਰੈਸਾਂ ਦੇ ਵਿੱਚ ਜਿਹੜੀਆਂ ਕੁੜੀਆਂ ਸੱਜੀਆਂ ਹੋਈਆਂ ਹੈ, ਤੇ ਲਗਾਤਾਰ ਜਿਹੜਾ ਆ ਸਟੇਜ ਦੇ ਉੱਤੇ ਵੀ ਪ੍ਰੋਗਰਾਮ ਚੱਲ ਰਿਹਾ। ਅਗਰ ਮਾਸਟਰ ਤਾਰਾ ਸਿੰਘ ਕਾਲਜ ਦੀ ਗੱਲ ਕੀਤੀ ਜਾਵੇ ਤਾਂ ਇੱਥੋਂ ਦੀ ਜਿਹੜੀ ਤੀਜ ਹੈ ਬੜੀ ਸਪੈਸ਼ਲ ਹੈ ਤੇ ਬੜੇ ਡਿਫਰੈਂਟ ਢੰਗ ਦੇ ਨਾਲ ਮਨਾਈ ਜਾਂਦੀ ਹੈ ਮਾਸਟਰ ਤਾਰਾ ਸਿੰਘ ਕਾਲਜ ਦੀ ਤੀਜ। ਸੋ ਦੋਸਤੋ,